ਪਿੰਡ ਦਾ ਮੁੰਡਾ ਕਰਦਾ ਸੀ ਵਾਰ ਵਾਰ ਫੋਨ, ਤੰਗ ਹੋ ਕੁੜੀ ਨੇ ਕਰ ਲਈ ਖੁਦਕੁਸ਼ੀ, ਕਲਾਸ ਦੇ ਕਮਰੇ 'ਚ ਫੰਦਾ ਲਗਾ ਕੇ ਲਈ ਆਪਣੀ ਜਾਨ। ਯੂਨੀਵਰਸਿਟੀ 'ਚ ਪੜ੍ਹਦੀ ਵਿਦਿਆਰਥਣ ਨੂੰ ਪਿੰਡ ਦਾ ਮੁੰਡਾ ਵਾਰ ਵਾਰ ਫੋਨ ਕਰਕੇ ਤੰਗ ਕਰ ਰਿਹਾ ਸੀ ਅਤੇ ਲੜਕੀ ਉਸ ਤੋਂ ਇੰਨਾ ਪਰੇਸ਼ਾਨ ਹੋ ਜਾਂਦੀ ਹੈ ਕਿ ਕਲਾਸ ਦੇ ਕਮਰੇ 'ਚ ਫੰਦਾ ਲਗਾ ਕੇ ਆਪਣੀ ਜਾਨ ਲੈ ਲੈਂਦੀ ਹੈ, ਜਿਸ ਤੋਂ ਬਾਅਦ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ। ਦੱਸ ਦੇ ਕਿ ਮਾਮਲਾ ਤਲਵੰਡੀ ਸਾਬੋ ਦਾ, ਜਿੱਥੇ ਯੂਨੀਵਰਸਿਟੀ ਦੇ ਵਿੱਚ BA ਕਰਨ ਆਈ ਲੜਕੀ ਜੋ ਕਿ ਸੈਕਿੰਡ ਈਅਰ ਦੇ ਵਿੱਚ ਪੜ੍ਹਦੀ ਸੀ, ਇਸ ਨੂੰ ਕੀ ਪਤਾ ਸੀ ਕਿ ਸਿੱਖਿਆ ਦੇਣ ਵਾਲਾ ਯੂਨੀਵਰਸਿਟੀ ਦਾ ਕਮਰਾ ਉਸਦੀ ਮੌਤ ਦਾ ਕਾਰਨ ਬਣੇਗਾ। ਜਿਸ ਨੇ ਆਪਣੇ ਪਿੰਡ ਦੇ ਇੱਕ ਲੜਕੇ ਵੱਲੋਂ ਵਾਰ ਵਾਰ ਫੋਨ ਕਰਨ ਤੋਂ ਪਰੇਸ਼ਾਨ ਹੋ ਕੇ ਯੂਨੀਵਰਸਿਟੀ ਦੇ ਵਿੱਚ ਫੰਦਾ ਲਗਾ ਕੇ ਖੁਦਕੁਸ਼ੀ ਕਰ ਲਈ, ਜਿਸ ਨਾਲ ਉਸਦੇ ਪਿੰਡ ਦੇ ਵਿੱਚ ਸੋਗ ਦੀ ਲਹਿਰ ਫੈਲ ਗਈ। ਜਿਸ ਤੋਂ ਬਾਅਦ ਤਲਵੰਡੀ ਸਾਬੋ ਦੀ ਪੁਲਿਸ ਵੱਲੋਂ ਵੱਖ ਵੱਖ ਧਾਰਾਵਾਂ ਤਹਿਤ ਉਸਦੇ ਪਿੰਡ ਦੇ ਲੜਕੇ 'ਤੇ ਮਾਮਲਾ ਦਰਜ ਕਰ ਲਿਆ ਗਿਆ ਅਤੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ। ਇਸ ਸੰਬੰਧੀ ਤਲਵੰਡੀ ਸਾਬੋ ਦੇ DSP ਨੇ ਦੱਸਿਆ ਕਿ ਡਿੰਗ ਮੰਡੀ ਸਿਰਸਾ ਜੋ ਕਿ ਹਰਿਆਣੇ ਦੇ ਵਿੱਚ ਹੈ, ਸਵਾਰ ਚੰਦ ਨੇ ਪੁਲਿਸ ਕੋਲ ਬਿਆਨ ਲਿਖਵਾਏ ਨੇ ਕਿ ਉਸਦੀ ਲੜਕੀ ਯੂਨੀਵਰਸਿਟੀ ਦੇ ਵਿੱਚ ਪੜ੍ਹਦੀ ਸੀ, ਜਿਸ ਨੂੰ ਡਿੰਗ ਮੰਡੀ ਦਾ ਹੀ ਇੱਕ ਨੌਜਵਾਨ ਲੜਕਾ ਤੰਗ ਕਰਦਾ ਸੀ। ਜਿਸ ਤੋਂ ਬਾਅਦ ਤਲਵੰਡੀ ਸਾਬੋ ਦੇ ਥਾਣਾ ਮੁਖੀ ਨੇ ਉਸ ਲੜਕੇ ਦੇ ਖਿਲਾਫ਼ ਵੱਖ ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਇਸ ਤਰ੍ਹਾਂ ਅੱਜ SHO ਤਲਵੰਡੀ ਦੇ ਕੋਲ ਜਿਹੜਾ ਹੈਗਾ ਸੁਭਾਸ਼ ਚੰਦਰ ਪੁੱਤਰ ਪ੍ਰਿਥਵੀ ਰਾਜ ਵਾਸੀ ਵਾਰਡ ਨੰਬਰ 15 ਡਿੰਗ ਮੰਡੀ ਹਰਿਆਣਾ ਦਾ ਜਿਹੜਾ ਰਹਿਣ ਵਾਲਾ ਇਹ, ਇਹਨੇ ਆਪਣਾ ਬਿਆਨ ਲਿਖਾਇਆ ਵੀ ਇਹਦੀ ਲੜਕੀ ਜਿਹੜੀ ਹੈਗੀ ਆ ਖੁਸ਼ੀ ਇੱਥੇ ਜਿਹੜੀ ਪੜ੍ਹਦੀ ਸੀਗੀ, ਅਕਾਲ ਯੂਨੀਵਰਸਿਟੀ ਦੇ ਵਿੱਚ ਪੜ੍ਹਦੀ ਸੀਗੀ, ਉੱਥੇ ਜਿਹੜਾ ਹੈਗਾ ਆਪਣੀ ਸਟੱਡੀ ਕਰ ਰਹੀ ਸੀ ਤਾਂ ਉਹਨੂੰ ਕੋਈ ਲੜਕਾ ਜਿਹੜਾ ਹੈਗਾ ਸ਼ੰਕਰ ਲਾਲ ਜਿਹੜਾ ਹੈਗਾ ਸਨ ਆਫ ਮਹਿੰਦਰ ਸਿੰਘ ਵਾਸੀ ਡਿੰਗ ਮੰਡੀ ਸਰਸਾ ਇੱਥੇ ਦਾ ਰਹਿਣ ਵਾਲਾ, ਇਹਨੂੰ ਫੋਨ 'ਤੇ ਉੱਪਰ ਜਿਹੜਾ ਹੈਗਾ ਤੰਗ ਪਰੇਸ਼ਾਨ ਕਰਦਾ ਸੀਗਾ ਵਾਰ ਵਾਰ ਫੋਨ ਕਰਕੇ, ਅਤੇ ਜਿਹਦੇ ਕਰਕੇ ਇਹਨੇ ਜਿਹੜੀ ਹੈਗੀ ਇਹਦੇ ਤੋਂ ਤੰਗ ਹੋ ਕੇ ਜਿਹੜੀ ਹੈਗੀ ਹੈ ਆਪਣੀ ਆਤਮ ਹੱਤਿਆ ਕਰ ਲਈ ਹੈਗੀ ਹੈ, ਮਤਲਬ ਇਹਨੇ ਆਪਣੀ ਜਾਨ ਦੇ ਦਿੱਤੀ, ਜਿਹਦੇ ਕਰਕੇ ਇਹਦੇ 'ਤੇ ਅਸੀਂ ਜਿਹੜਾ ਹੈਗਾ ਹੁਣ ਇੱਕ FIR ਅੰਡਰ ਸੈਕਸ਼ਨ 306 IPC FIR ਨੰਬਰ 277/23 ਜਿਹੜੀ ਹੈਗੀ ਹੈ ਇਹ ਦਰਜ ਕੀਤੀ ਹੈਗੀ ਹੈ ਲੜਕੇ 'ਤੇ, ਅਤੇ ਇਹਦੀ ਜਿਹੜੀ ਹੈਗੀ ਹੈ ਗ੍ਰਿਫਤਾਰੀ ਹਾਲੇ ਨਹੀਂ ਹੋਈ ਹੈਗੀ, ਜਿਹਨੂੰ ਗ੍ਰਿਫਤਾਰ ਕਰਨ ਲਈ ਜਿਹੜਾ ਹੈਗਾ ਸੀ ਛੇਤੀ ਪੁਲਿਸ ਪਾਰਟੀਆਂ ਬਣਾ ਕੇ ਇਹਨੂੰ ਜਿਹੜਾ ਅਰੈਸਟ ਕਰਕੇ ਅੰਦਰ। ਲੜਕਾ ਜਿਹੜਾ ਹੈਗਾ ਇਹਦਾ ਨਾਂ ਸ਼ੰਕਰ ਲਾਲ ਸਨ ਆਫ ਮਹਿੰਦਰ ਸਿੰਘ ਹੈਗਾ, ਇਹ ਵੀ ਡਿੰਗ ਦਾ ਰਹਿਣ ਵਾਲਾ ਸਰਸਾ ਦਾ, ਅਤੇ ਇਹਦੇ ਬਾਰੇ ਮਤਲਬ ਜਿਹੜਾ ਪਤਾ ਲੱਗਿਆ ਵੀ ਇਹਨੂੰ ਫੋਨ ਕਰਦਾ ਸੀ, ਬਾਕੀ ਹਾਲੇ ਇਨਵੈਸਟੀਗੇਸ਼ਨ ਅੱਗੇ ਚੱਲ ਰਹੀ ਹੈ, ਉਹ ਅੱਗੇ ਜੋ ਜੋ ਸਾਡੇ ਸਾਹਮਣੇ ਗੱਲਾਂ ਬਾਤਾਂ ਆਉਣਗੀਆਂ ਅਤੇ ਉਸ ਹਿਸਾਬ ਨਾਲ ਸੰਬੰਧੀ ਕਾਰਵਾਈ ਅੱਗੇ ਵੀ। ਇਹਨੇ ਇਸੇ ਗੱਲ ਤੋਂ ਬਸ ਇੱਕ ਵੀ ਇਹਦਾ ਫਾਦਰ ਕਹਿੰਦਾ ਵੀ ਇਹਨੇ ਲੜਕੀ ਨੇ ਸਾਨੂੰ ਦੱਸਿਆ ਸੀਗਾ ਵੀ ਆਪਣਾ ਜਿਹੜਾ ਇਹ ਪਹਿਲਾਂ ਵੀ ਮੁੰਡਾ ਇਹਨੂੰ ਫੋਨ ਕਰਕੇ ਤੰਗ ਪਰੇਸ਼ਾਨ ਲਿਆ ਇਹਨੇ ਜਿਹੜਾ ਆਪਣੇ ਉਹਦੇ ਕਮਰੇ ਦੇ ਵਿੱਚ ਜਿੱਥੇ ਰਹਿੰਦੀ ਸੀ,